DSP ਫਲੌਰ ਦਵਿੰਦਰ ਸਿੰਘ ਅਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ SSP ਤਿਹਾਤੀ ਨਵਜੋਤ ਸਿੰਘ ਮਾਹਲ ਦੇ ਦੇਸ਼ਾਂ ਨਿਰਦੇਸ਼ਾਂ ਦੇ ਫਲੌਰ ਵਿਖੇ ਦੀਵਾਲੀ ਦੇ ਤਿਉਹਾਰਾਂ ਨੂੰ ਦੇਖਦੇ ਹੋਏ ਚੈਕਿੰਗ ਦੌਰਾਨ ਥਾਣਾ ਮੁਖੀ ਫਲੌਰ ਸੁੱਖਾ ਸਿੰਘ ਅਤੇ ਸਬ ਇੰਸਪੈਕਟਰ ਐਂਟੀ ਨਾਰਕੋਟਿੰਗ ਸੈੱਲ ਜਲੰਧਰ ਵੱਲੋਂ ਸਤਲੁਜ ਪੁਲ ਦੇ ਹਾਈਟੈਕ ਨਾਕੇ 'ਤੇ 100 ਕਿਲੋ ਚੂਰਾ ਪੋਸਟ ਬਰਾਮਦ ਕੀਤਾ। ਉਹਨਾਂ ਦੱਸਿਆ ਕਿ ਹਾਈਟੈਕ ਨਾਕੇ 'ਤੇ 200 ਮੀਟਰ ਦੀ ਦੂਰੀ 'ਤੇ ਕਾਰ ਨੰਬਰ PB8 VS 9258 ਆ ਕੇ ਰੁਕੀ, ਜੋ ਪੁਲਿਸ ਨਾਕਾ ਦੇਖਦੇ ਹੋਏ ਟਾਕੀਆਂ ਖੋਲ੍ਹ ਕੇ ਦੋ ਵਿਅਕਤੀ ਪਿੱਛੇ ਨੂੰ ਭੱਜ ਗਏ, ਜਿਸ ਦੌਰਾਨ ਫਲੌਰ ਪੁਲਿਸ ਵੱਲੋਂ ਕਾਰ ਚਾਲਕ ਹਰਪ੍ਰੀਤ ਸਿੰਘ ਉਰਫ ਗੱਗੂ ਪੁੱਤਰ ਓਮ ਪ੍ਰਕਾਸ਼ ਵਾਸੀ ਘੁਮਟਾਲੀ ਥਾਣਾ ਬਿਲਗਾ ਜਲੰਧਰ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ 6 ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚੋਂ 100 ਕਿਲੋ ਚੂਰਾ ਪੋਸਟ ਬਰਾਮਦ ਹੋਇਆ। ਫਰਾਰ ਹੋਏ ਵਿਅਕਤੀਆਂ ਦੀ ਪਹਿਚਾਣ ਤਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸੁਰਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਘੁਮਟਾਲੀ ਥਾਣਾ ਬਿਲਗਾ ਜਲੰਧਰ ਵਜੋਂ ਹੋਈ, ਜਿਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 354 ਧਾਰਾ 1525-65 NDPS ਅਧੀਨ ਦਰਜ ਕਰਕੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਫਲੌਰ ਪੁਲਿਸ ਨੇ ਇੱਕ ਵਿਅਕਤੀ ਰਾਮਗੜ੍ਹ ਚੁੰਗੀ ਲੁਧਿਆਣਾ ਵੱਲੋਂ ਪੈਦਲ ਆਉਂਦੇ ਨੂੰ ਕਾਬੂ ਕੀਤਾ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇੱਕ ਚਿੱਟੇ ਬੈਗ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ, ਜਿਸ ਦੀ ਪਹਿਚਾਣ ਰਹੀਮ ਉਦੀਨ ਪੁੱਤਰ ਨਿਵਾਜੂ ਉਦੀਨ ਵਾਸੀ ਪਿੰਡ ਖੋਲੀ ਥਾਣਾ ਘਟੌਲੀ ਤਹਿਸੀਲ ਅਕਲੇਰਾ ਰਾਜਸਥਾਨ ਵਜੋਂ ਹੋਈ, ਜਿਸ ਖਿਲਾਫ਼ ਥਾਣਾ ਫਲੌਰ ਵਿਖੇ ਮੁਕੱਦਮਾ ਨੰਬਰ 363 ਧਾਰਾ 1861-85 NDPS ਅਧੀਨ ਦਰਜ ਕੀਤਾ ਗਿਆ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਅਫੀਮ ਕਿਸ ਨੂੰ ਦਿੰਦਾ ਸੀ। ਜਿੱਦਾਂ ਤੁਹਾਨੂੰ ਪਤਾ ਵੀ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਅਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਅਸੀਂ ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾਈ ਹੋਈ ਆ, ਉਸੇ ਦੇ ਲੜੀ ਦੇ ਵਿੱਚ ਮਾਨਯੋਗ ਸ਼੍ਰੀ ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਜਲੰਧਰ ਰੂਰਲ ਦੀ ਹਦਾਇਤ 'ਤੇ ਇੰਸਪੈਕਟਰ ਸੁੱਖਾ ਸਿੰਘ SHO ਫਲੌਰ, ਸਰਜੀਤ ਸਿੰਘ ਇੰਚਾਰਜ ਨਾਰਕੋਟਿਕ ਸੈੱਲ ਸਾਡੇ ਫਲੌਰ ਦੇ, ਇਹਨਾਂ ਨੇ ਜਿਹੜਾ ਕੱਲ੍ਹ ਹਾਈਟੈਕ 'ਤੇ ਸ਼ਪਹਿਰ ਨਾਕਾਬੰਦੀ ਕੀਤੀ ਹੋਈ ਸੀਗੀ, ਤਾਂ ਇੱਕ ਲੁਧਿਆਣਾ ਸਾਈਡ ਤੋਂ ਜਿਹੜੀ ਇੰਡੀਗੋ ਕਾਰ ਜਿਹੜੀ ਆ ਰਹੀ ਸੀ ਉਹਨੂੰ ਰੋਕਿਆ ਅਤੇ ਕੁਛ ਜਿਹੜੇ ਦੋ ਵਿਅਕਤੀ ਜਿਹੜੇ ਪਿੱਛੋਂ ਧਰਤੀ 'ਚੋਂ ਭੱਜੇ, ਬਾਕੀ ਜਿਹੜਾ ਕਾਰ ਨੂੰ ਅਤੇ ਕਾਰ ਦੇ ਸਵਾਦ ਨੂੰ ਜਿਹੜੀ ਇਹਨਾਂ ਨੇ ਰਾਊਂਡ ਅਪ ਕੀਤਾ ਤਲਾਸ਼ੀ ਕਰਨ 'ਤੇ ਜਿਹੜਾ ਹੈਗਾ ਉਹਦੇ ਜਿਹੜਾ ਕਾਰ ਚਾਲਕ ਸੀਗਾ ਉਹਦਾ ਨਾਂ ਹਰਪ੍ਰੀਤ ਸਿੰਘ ਗੱਗੂ ਪੁੱਤਰ ਅੰਕਾ ਗੁਮਟਾਲੀ ਥਾਣਾ ਬਿਲਗਾ, ਅਤੇ ਉਹਦੇ ਬਾਅਦ ਜਦੋਂ ਡਿੱਗੀ ਚੈੱਕ ਕੀਤੀ ਤਾਂ ਉਹਦੇ ਵਿੱਚੋਂ 6 ਬੋਰੀਆਂ ਜਿਹੜੀਆਂ ਭੁੱਕੀ ਡੋਡਾ ਪੂਰਾ ਚੂੜਾ ਪੋਸਟ ਬਰਾਮਦ ਹੋਇਆ, ਜਿਹਦਾ ਵੇਟ ਕੀਤਾ ਤਾਂ ਘੱਟੋ ਇਹ 100 ਕਿਲੋ ਬਰਾਮਦ ਜਿਹੜੀ ਇਹ ਬਰਾਮਦ ਹੋਈ ਆ। ਇਹਦੇ ਖਿਲਾਫ਼ ਜਿਹੜਾ ਇਹਦੇ 'ਤੇ ਜਿਹੜੇ ਦੋ ਬੰਦੇ ਭੱਜੇ ਹੈਗੇ ਆ ਉਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 354 NDPS ਐਕਟ ਤਹਿਤ ਫਲੌਰ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ, ਅਤੇ ਇਹਨੂੰ ਜਿਹੜਾ ਅੱਜ ਅਸੀਂ ਹੈਗਾ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅੱਗੇ ਪੁਲਿਸ ਮੰਨ ਲਵਾਂਗੇ। ਹਾਂਜੀ, ਜਿਹੜੇ ਇਹਨਾਂ ਦੇ ਨਾਲ ਦੇ ਦੋ ਬੰਦੇ ਭੱਜੇ ਆ ਉਹ ਜਿਨ੍ਹਾਂ ਵਿੱਚ ਤਜਿੰਦਰ ਸਿੰਘ ਬਿੱਟੂ ਹੈ, ਇੱਕ ਤੁਹਾਡਾ ਹੈਗਾ ਹਰਪ੍ਰੀਤ ਸਿੰਘ, ਇਹਦੇ ਖਿਲਾਫ਼ ਪਹਿਲਾਂ 2-3 ਮੁਕੱਦਮੇ ਆਲਰੇਡੀ ਜਿਹੜੇ ਨਸ਼ਿਆਂ ਦੇ ਉੱਤੇ ਵੱਖ ਵੱਖ ਥਾਣਿਆਂ 'ਚ ਬਿਲਗਾ ਫਲੌਰ ਇਹ ਦਰਜ ਨੇ, ਉਹਨਾਂ ਦੀ ਜਿਹੜਾ ਟੀਮਾਂ ਅਸੀਂ ਬਣਾ ਲਈਆਂ ਅਤੇ ਉਹਨਾਂ ਨੂੰ ਅਸੀਂ ਜਲਦੀ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਰਵਾਈ ਕਰਾਂਗੇ। ਇਹ ਕਾਫੀ ਟਾਈਮ ਤੋਂ ਕਰ ਰਹੇ ਨੇ, ਜਿੱਦਾਂ ਉਹਦੇ 12 ਵਿੱਚ ਵੀ ਪਰਚਾ ਹੈ, 17 'ਚ ਵੀ ਹੈ, 18 'ਚ ਵੀ ਹੈ, ਇਸ ਕਰਕੇ ਜਿਹੜਾ
ਇਹਨਾਂ ਦੇ ਖਿਲਾਫ਼ ਵੱਖਰੀ ਕਾਰਵਾਈ ਕਰਦੇ ਹਾਂ। ਇਸ ਤੋਂ ਇਲਾਵਾ ਹਾਂ, ਇਹ ਤਾਂ ਪਹਿਲਾ ਸਟੈਪ ਸੀ ਨਾ। ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਜਿਹੜਾ ਫਲੋਰ ਪੁਲਿਸ ਨੂੰ ਜਲੰਧਰ ਰੂਰਲ ਪੁਲਿਸ ਨੂੰ ਸਫਲਤਾ ਮਿਲੀ ਆ, ਉਹ ਇੱਕ ਵਿਅਕਤੀ ਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਨੇ ਉਹ ਰੋਕਿਆ, ਚੈੱਕ ਕੀਤਾ, ਜਿਹਦਾ ਨਾਮ ਰਹਿਮੂਦੀਨ ਪੁੱਤਰ ਨਿਜ਼ਾਮੂਦੀਨ ਖੋੜੀ ਗਟੋਲੀ ਅਕਲੇਰਾ ਜ਼ਿਲ੍ਹਾ ਰਾਜਸਥਾਨ ਇਹ ਉੱਥੋਂ ਦਾ ਰਹਿਣ ਵਾਲਾ ਸੀ। ਇਹਦੀ ਜਿਹੜੇ ਜਿਹਦੇ ਕਿੱਟ ਬੈਗ ਇਹਨੇ ਪਾਇਆ ਸੀਗਾ, ਅਤੇ ਇਹਦੀ ਜਦੋਂ ਤਲਾਸ਼ੀ ਲਈ ਸਾਡੀ ਪੁਲਿਸ ਪਾਰਟੀ ਨੇ ਗੁਰਵਿੰਦਰ ਹੋਰਾਂ ਨੇ ਏ ਸੀ ਹੋਰਾਂ ਨੇ ਅਤੇ ਇਹਦੀ ਜਿਹੜੀ ਆ ਕਬਜ਼ੇ 'ਚੋਂ 1 ਕਿਲੋਗ੍ਰਾਮ ਜਿਹੜੀ ਆ ਫੀਮ ਬਰਾਮਦ ਹੋਈ ਆ। ਤੋ ਇਹਨੂੰ ਆਪਣਾ ਇਹਦੇ ਖਿਲਾਫ਼ ਜਿਹੜਾ ਕੇਸ ਰਜਿਸਟਰ ਕਰਕੇ ਇਹਨੂੰ ਅਸੀਂ ਅਦਾਲਤ 'ਚ ਪੇਸ਼ ਕਰ ਰਹੇ ਹਾਂ। ਅਤੇ ਹੋਰ ਇਹ ਅੱਗੇ ਟਾਂਗਰਾ ਸਾਈਡ ਅੰਮ੍ਰਿਤਸਰ ਸਾਈਡ ਲੈ ਕੇ ਜਾ ਰਿਹਾ ਸੀਗਾ। ਬਾਕੀ ਜਿਹੜੀ ਆ ਇਹਦੇ ਖਿਲਾਫ਼ ਪਰਚਾ ਦਰਜ ਕੀਤਾ, ਹੁਣ ਅਦਾਲਤ 'ਚ ਪੇਸ਼ ਕਰਕੇ ਤੋ ਹੋਰ ਇਹ ਤੋਂ ਪੁੱਛਗਿੱਛ ਕਰਾਂਗੇ ਅੱਗੇ ਕਿਹਦੇ ਨਾਲ ਲਿੰਕ ਸੀ, ਕਿੱਥੋਂ ਲੈ ਕੇ ਆਇਆ, ਉਹ ਸਾਰੀ ਪਿਕਚਰ ਸਾਹਮਣੇ ਕਰ। ਨਹੀਂ ਇਹ ਬਾਈ ਪਹਿਲਾਂ ਪਿੱਛੋਂ ਬੱਸ ਆਈ ਸੀ, ਜਿੰਨਾ ਕੁ ਹੁਣ ਫਿਲਹਾਲ ਨੇ ਪੁੱਛਗਿੱਛ ਦੱਸੀ ਆ। ਇਹ ਦੱਸ ਰਿਹਾ ਜੇ ਔਰਲੀ ਪੁੱਛਗਿੱਛ, ਮੈਂ ਕਹਿੰਦਾ ਮੈਂ ਪਹਿਲਾਂ 3-4 ਗੇੜ ਚੱਕਰ ਲਗਾ ਚੁੱਕਿਆ, ਬਾਕੀ ਪੁਲਿਸ ਰਿਮਾਂਡ ਤੋਂ ਲੈਣ ਤੋਂ ਬਾਅਦ ਉਹ ਸਾਰੀ ਪਿਕਚਰ ਆਪਾਂ ਕਲੀਅਰ ਕਰਾਂਗੇ। ਸੀ1 ਨਿਊਜ਼ ਦੇ ਲਈ ਫਿਲੌਰ ਤੋਂ ਪ੍ਰਭਪਾਲ ਦੀ ਰਿਪੋਰਟ।